ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੀ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਡਿਗਜ਼ 올 ਰੌਂਡਰ ਹੀਥ ਸਟ੍ਰੇਕ ਦਾ ਦੇਹਾਂਤ 39 ਸਾਲ ਦੀ ਉਮਰ ਦੁਨੀਆ ਤੋਂ ਹੋਏ ਰੁਕਸਤ ਵੱਡੀ ਖਬਰ ਆ ਚੁੱਕਿਆ ਖਬਰ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਮ ਤੇ ਵੀਡੀਓ ਨੂੰ ਹੱਥ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜ਼ਿੰਬਾਬਵੇ ਟੀਮ ਦੇ ਸਾਬਕਾ ਕਪਤਾਨ ਤੇ ਅਨੁਭਵੀ 올 ਰੌਂਡਰ ਹੀਥ ਸਟ੍ਰੇਕ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਆਲਵਿਦਾ ਕਹਿ ਗਏ ਨੇ ਇਹ ਖਬਰ ਸਾਮਣੇ ਆਉਂਦੀ ਹੀ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਜਾਣਕਾਰੀ ਮੁਤਾਬਕ ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਸੀ ਸਟ੍ਰੀਡ ਦੇ ਜ਼ਿੰਬਾਬਵੇ ਲਈ ਅੰਤਰਰਾਸ਼ਟਰੀ ਕ੍ਰਿਕਟ ਦੇ ਵਿੱਚ 65 ਟੈਸਟ ਤੇ 189 ਵਨਡੇ ਖੇਡੇ ਗਏ ਸਟ੍ਰੀਕ ਨੂੰ ਕੋਲਣ ਅਤੇ ਜਿਗਰ ਦਾ ਕੈਂਸਰ ਸੀ ਅਤੇ ਉਹ ਦੱਖਣੀ ਅਫਰੀਕਾ ਦੇ ਵਿੱਚ ਇਲਾਜ ਕਰਾ ਰਿਹਾ ਸੀ ਪਰ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਜਿਸ ਦੇ ਕਾਰਨ ਜੀਹਾਂ ਉਹਨਾਂ ਦੇ ਚਾਹਣ ਵਾਲੇ ਬਹੁਤ ਹੀ ਪਰੇਸ਼ਾਨ ਨੇ ਤੁਹਾਨੂੰ ਇਹ ਨੀਚੇ ਇੱਕ ਫੋਟੋ ਦਿਖਾ ਰያ ਹਾਂ ਤੁਸੀਂ ਦੇਖ ਸਕਦੇ ਆ ਕਿ ਸਟਰੀਕ ਦੀ ਇਹ ਫੋਟੋ ਹੈ ਜਿਸ ਦੇ ਵਿੱਚ ਉਸ ਨੇ ਲਿਖਿਆ ਹੈ ਕਿ ਮੇਰੀ ਜ਼ਿੰਦਗੀ ਦਾ ਪਿਆਰ ਅਤੇ ਇਹ ਮੇਰੇ ਜੀਹਾਂ ਉਹਨਾਂ ਦੀ ਵਾਈਫ ਨੇ ਜੀਹਾਂ ਇਹ ਸਟੇਟਸ ਪਾਇਆ ਹੈ ਅਤੇ ਮੇਰੇ ਬਹੁਤ ਸਾਰੇ ਬਿਊਟੀਫੁਲ ਬੱਚਿਆਂ ਦਾ ਇਹ ਪਿਤਾ ਹੈ ਠੀਕ ਹੈ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਐਂਜਲ ਹੈ ਇੱਕ پری ਆ ਕੇ ਸਾਡੇ ਤੋਂ ਲੈ ਗਈ ਹੈ EOS ਦੇ ਕੁਝ ਲਾਸ ਦਿਨਾਂ ਦੇ ਤਸਵੀਰਾਂ ਨੇ ਬਾਕੀ ਖਬਰ ਨੂੰ ਅੰਤ ਤੱਕ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ